ਇੰਡੀਅਨ ਟਾਈਮਜ਼ daily.com ਤੇ ਤੁਹਾਡਾ ਸਾਰਾ ਦਾ ਫੇਰ ਤੋਂ ਸਵਾਗਤ ਹੈ। ਅਮਰੀਕਾ ਦੀਆਂ 10 ਮੁੱਖ ਖਬਰਾਂ ਹਨ। ਭਾਰਤ ਅਤੇ US ਦੇ ਵਿੱਚ ਵਾਸ਼ਿੰਗਟਨ ਵਿੱਚ ਚੱਲ ਰਿਹਾ ਸੰਯੁਕਤ ਸੈਨਾ ਅਭਿਆਸ ਯੁੱਧ ਅਭਿਆਸ ਖਤਮ ਹੋ ਗਿਆ ਹੈ। ਪਲੇਟੂਨ ਅਤੇ ਕੰਪਨੀ ਸਤਰ ਦੇ ਅਭਿਆਨਾਂ ਵਿੱਚ ਦੋਨੋਂ ਸੈਨਾ ਨੇ ਇੱਕ ਦੂਜੇ ਦੀ ਤਾਕਤ ਅਤੇ ਅਨੁਭਵ ਤੋਂ ਲਾਭ ਚੁੱਕਿਆ ਹੈ, ਜਿਸ ਵਿੱਚ ਕਾਊਂਟਰ ਇਨਸਰਜੈਂਸੀ ਡ੍ਰਿਲਸ ਅਤੇ ਕਾਊਂਟਰ ਟੈਰਰ ਆਪਰੇਸ਼ਨਸ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸ਼ਿਪਿੰਗ ਉੱਤੇ ਪਾਬੰਦੀ ਹਟਾ ਦਿੱਤੀ ਹੈ ਤਾਂ ਕਿ ਅਗਲੇ 10 ਦਿਨਾਂ ਤੱਕ ਹਨੇਰੀ ਤੋਂ ਤਬਾਹ ਹੋਏ ਪੋਰਟੋਰੀਕੋ ਤੱਕ ਫਿਊਲ ਅਤੇ ਰਾਹਤ ਸਮੱਗਰੀ ਪਹੁੰਚਾਈ ਜਾ ਸਕੇ। ਪ੍ਰਸ਼ਾਸਨ ਨੂੰ ਹਨੇਰੀ ਦੇ ਤੁਰੰਤ ਬਾਅਦ ਟੈਕਸਸ ਅਤੇ ਫਲੋਰੀਡਾ ਦੇ ਲਈ 2 ਹਫ਼ਤਿਆਂ ਦੀ ਰਾਹਤ ਦੇਣ ਦੇ ਬਾਅਦ ਪੋਰਟੋਰੀਕੋ ਦੇ ਲਈ ਇਹ ਕਦਮ ਨਾ ਚੁੱਕਣ ਦੀ ਵਜ੍ਹਾ ਤੋਂ ਬਹੁਤ ਆਲੋਚਨਾ ਝੇਲਣੀ ਪਈ ਸੀ। ਪਲੇਬੋਏ ਮੈਗਜ਼ੀਨ ਦੇ ਸੰਸਥਾਪਕ ਅਤੇ ਅਮਰੀਕਨ ਆਇਡਲ ਹਿਊਗ ਹੈਫਨਰ ਦਾ 91 ਸਾਲਾਂ ਦੀ ਉਮਰ ਵਿੱਚ ਬੈਵਰਲੀ ਹਿਲਸ ਦੇ ਕੋਲ ਪਲੇਬੋਏ ਮੈਂਸ਼ਨ ਵਿੱਚ ਨਿਧਨ ਹੋ ਗਿਆ। ਉਹਨਾਂ ਦੇ ਬੇਟੇ ਕੂਪਰ ਹੈਫਨਰ ਨੇ ਕਿਹਾ ਕਿ ਉਹਨਾਂ ਨੇ ਕੁਝ ਮਹੱਤਵਪੂਰਨ ਸਮਾਜਿਕ ਅਤੇ ਸੰਵੇਦਨਸ਼ੀਲ ਪਹਿਲ ਦੀ ਆਵਾਜ਼ ਬਣ ਕੇ ਇੱਕ ਸ਼ਾਨਦਾਰ ਜ਼ਿੰਦਗੀ ਬਿਤਾਈ ਹੈ। ਨਾਰਥ ਕੋਰੀਆ ਦੇ ਵੱਲੋਂ ਵੱਧਦੇ ਸੈਨਾ ਦੇ ਖਤਰੇ ਨੂੰ ਦੇਖਦੇ ਹੋਏ US ਹੁਣ ਨਿਯਮਿਤ ਰੂਪ ਤੋਂ ਆਪਣੀ ਕੁਝ ਖਾਸ ਰਣਨੀਤਿਕ ਸੰਪਤੀਆਂ ਨੂੰ ਸਾਊਥ ਕੋਰੀਆ ਭੇਜੇਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਕੋਰੀਅਨ ਪੈਨਿਨਸੂਲਾ ਦੇ ਕੋਲ US ਸਟ੍ਰੈਟੇਜਿਕ ਐਸੈਟਸ ਦੇ ਚੱਕਰੀ ਤੈਨਾਤੀ ਵਿਸਤਾਰ ਕਰਨਗੇ। ਬਹੁਸੰਖਿਆ ਵਿੱਚ ਅਮਰੀਕਨਸ ਦਾ ਇਹ ਮੰਨਣਾ ਹੈ ਕਿ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਰਹਿਣ ਲਾਇਕ ਨਹੀਂ ਹਨ। ਇੱਕ ਸਰਵੇਖਣ ਦੇ ਅਨੁਸਾਰ 91% ਉਤਰਦਾਤਾਵਾਂ ਨੇ ਕਿਹਾ ਕਿ US ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਡੋਨਲਡ ਟਰੰਪ ਨੂੰ ਪਾ ਕੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਮਾਈਕਰੋਸਾਫਟ ਉਪਚਾਰਿਕ ਰੂਪ ਤੋਂ ਓਪਨ ਸੋਰਸ ਇਨੀਸ਼ੀਏਟਿਵ ਦੇ ਨਾਲ ਮੁੱਖ ਸਪਾਂਸਰ ਦੇ ਰੂਪ ਵਿੱਚ ਜੁੜ ਗਿਆ ਹੈ। OSI ਦੇ ਜਨਰਲ ਮੈਨੇਜਰ ਅਤੇ ਬੋਰਡ ਡਾਇਰੈਕਟਰ ਪੈਟ੍ਰਿਕ ਮੇਸਨ ਨੇ ਕਿਹਾ ਕਿ OSI ਅਤੇ ਓਪਨ ਸੋਰਸ ਸੌਫਟਵੇਅਰ ਮੂਵਮੈਂਟ ਵਿੱਚ ਬਹੁਤ ਹੀ ਗਹਿਰਾ ਅਤੇ ਮਹੱਤਵਪੂਰਨ ਮਾਈਲਸਟੋਨ ਹੈ। ਮੈਕਸੀਕੋ ਨੇ ਹਾਲ ਹੀ ਵਿੱਚ ਹੋਏ 2 ਸ਼ਕਤੀਸ਼ਾਲੀ ਭੂਕੰਪ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਤਾਲਮੇਲ ਬਣਾਉਣ ਅਤੇ ਉਹਨਾਂ ਦੀ ਮਦਦ ਕਰਨ ਦੇ ਉਦੇਸ਼ ਤੋਂ ਬਣਾਈ ਗਈ ਇੱਕ ਵੈਬਸਾਈਟ ਦਾ ਖੁਲਾਸਾ ਕੀਤਾ ਹੈ। ਭੂਕੰਪ ਤੋਂ ਕਿਸੇ ਨੂੰ ਵੀ ਜਾਨ ਜਾਂ ਮਾਲ ਦਾ ਨੁਕਸਾਨ ਹੋਇਆ ਹੋਵੇ ਤਾਂ ਉਹ ਇਸ ਸਾਈਟ ਵਿੱਚ ਖੁਦ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਉਹਨਾਂ ਨੂੰ ਘੱਟ ਵਿਆਜ ਉੱਤੇ ਕਰਜ਼ ਜਾਂ ਕੰਸਲਟੈਂਟਸ ਜਾਂ ਕਿਸੇ ਵੀ ਕਿਸਮ ਦੀ ਮਦਦ ਮਿਲ ਜਾਵੇਗੀ। ਰੈਪਰ 50 ਸੈਂਟ ਨੇ ਦਾਅਵਾ ਕੀਤਾ ਹੈ ਕਿ ਡੋਨਲਡ ਟਰੰਪ ਦੀ ਟੀਮ ਨੇ ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਵਿੱਚ ਆਪਣੀ ਸ਼ਕਲ ਦਿਖਾਉਣ ਲਈ $500,000 ਦੀ ਪੇਸ਼ਕਸ਼ ਕੀਤੀ ਸੀ। ਇਸ ਮਿਊਜ਼ੀਸ਼ੀਅਨ ਐਕਟਰ ਨੇ ਕਿਹਾ ਕਿ ਇਸ ਦੀ ਵਜ੍ਹਾ ਬਲੈਕ ਵੋਟਰਸ ਨੂੰ ਲੁਭਾਉਣਾ ਸੀ ਕਿਉਂਕਿ ਉਹਨਾਂ ਦੇ ਕੋਲ ਅਫਰੀਕਨ ਅਮਰੀਕਨ ਦਾ ਸਮਰਥਨ ਨਹੀਂ ਸੀ। ਕਲਾਈਮੇਟ ਚੇਂਜ ਦੀ ਵਜ੍ਹਾ ਤੋਂ US ਇਕਾਨਮੀ ਉੱਤੇ ਸਾਲਾਨਾ ਔਸਤ ਵਿੱਚ $240 billion ਦਾ ਅਸਰ ਪਿਆ ਹੈ। ਸਾਇੰਟਿਸਟ ਨੇ ਆਗਾਹ ਕੀਤਾ ਹੈ ਕਿ ਫੋਸਿਲ ਫਿਊਲ ਦੇ ਜਲਣ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ, ਨਾਲ ਹੀ ਉਹ ਬਹੁਤ ਵੱਡਾ ਕੁਦਰਤੀ ਬਿਪਤਾ ਦਾ ਕਾਰਨ ਬਣੇਗਾ ਅਤੇ ਇਹ US ਇਕਾਨਮੀ ਨਾ ਬਰਦਾਸ਼ਤ ਕਰ ਪਾਏਗਾ, ਨਾ ਹੀ ਇਸਦੇ ਸਾਹਮਣੇ ਟਿਕ ਸਕੇਗਾ। ਨਾਸਾ ਨੇ ਰਸ਼ੀਅਨ ਸਪਾਈ ਏਜੰਸੀ ਰੋਸਕੋਸਮੋਸ ਦੇ ਨਾਲ ਇੱਕ ਸਮਝੌਤਾ ਕੀਤਾ ਹੈ ਜੋ ਕਿ ਮਨੁੱਖੀ ਅੰਤਰਿਕਸ਼ ਦੀ ਖੋਜ ਉੱਤੇ ਦੋਨੋ ਏਜੰਸੀ ਦੇ ਸਮਾਨ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸ ਨਵੀਂ ਸਾਂਝੇਦਾਰੀ ਵਿੱਚ ਮੂਨ ਦੇ ਕੋਲ ਆਰਬਿਟ ਵਿੱਚ ਸਟੇਸ਼ਨ ਸਥਾਪਿਤ ਕਰਨ ਲਈ ਇੰਟਰਨੈਸ਼ਨਲ ਟੈਕਨੀਕਲ ਸਟੈਂਡਰਡਸ ਵਿਕਸਿਤ ਕਰਨਗੇ। ਇਸ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਦੇ ਵੀ ਤੇ ਲੌਕ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲੈਨਰਸ ਤੱਕ ਸਾਰੇ ਅਮਰੀਕਨ ਬਿਜ਼ਨਸਿਸ ਅਤੇ ਰਿਸੋਰਸਿਸ ਨੂੰ ਲੱਭ ਸਕਦੇ ਹੋ। ਇੰਡੀਅਨ ਟਾਈਮਸ ਦੇ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ।